ਖੂਹਾਂ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ੀ ਘਟਨਾ ਫਿਰੋਜ਼ਪੁਰ ਦੇ ਪਿੰਡ ਅਟਾਰੀ ਦੇ ਨਜ਼ਦੀਕ ਵਾਪਰੀ ਹੈ, ਜਿੱਥੇ ਕਿ ਰਾਤ ਦੇ ਹਨੇਰੇ ਵਿੱਚ ਲੁਟੇਰਿਆਂ ਨੇ ਕਿਰਪਾਨਾਂ ਦੇ ਨਾਲ ਲੈਸ ਹੋ ਕੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਦੇ ਕੋਲੋਂ ਮੋਟਰਸਾਈਕਲ ਖੋ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਪਿੰਡ ਮਹਾਲਮ ਦੇ ਲੋਕਾਂ ਨੇ ਇੱਕ ਚੋਰ ਨੂੰ ਕਾਬੂ ਕਰ ਲਿਆ, ਜਿਸ ਨੂੰ ਕਿ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਰੋਜ਼ਪੁਰ ਮੈਂ ਕੰਮ ਕਰਦਾ ਸਾਂ, ਕੰਮ ਤੋਂ ਜਾ ਰਿਹਾ ਸਾਂ, ਦੋ ਤਿੰਨ ਜਣੇ ਆਏ ਪਿੱਛੋਂ ਪਿੱਛੋਂ ਮੋਟਰਸਾਈਕਲ ਲੱਤ ਮਾਰੀ, ਮੇਰੇ ਮੋਟਰਸਾਈਕਲ ਸੁੱਟਤਾ ਤੇ ਸੱਟਾਂ ਸੁੱਟਾਂ ਮਾਰ ਕੇ ਮੈਥੋਂ ਮੋਟਰਸਾਈਕਲ ਖੋ ਕੇ ਲੈ ਗਏ। ਇਹ ਖਾਈ ਵਾਲੇ ਪੁਲ ਤੇ ਜੀ, ਪੁਲ ਦੇ ਉੱਪਰ ਜਾਂ ਪੁਲ ਦੇ ਅੱਗੇ ਪਿੱਛੇ? ਪੁਲ ਦੇ ਉੱਪਰ ਜੀ। ਕਿੰਨੇ ਜਣੇ ਸੀ ਉਹ? ਹੈਗੇ ਸੀ 8-9 ਜਣੇ ਤਾਂ ਹੋਣਗੇ, 8-9 ਜਣੇ। ਕੀ ਨਾਮ ਤੁਹਾਡਾ? ਗੁਰਪ੍ਰੀਤ ਸਿੰਘ। ਕੀ ਮੰਗ ਕਰਦੇ ਹੁੰਦੇ? ਹਾਂਜੀ, ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਮੰਗ ਸਾਨੂੰ ਇਹ ਹੀ ਮੋਟਰਸਾਈਕਲ ਵਾਪਸ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਲਖਵੀਰ ਸਿੰਘ ਮਹਾਲਮ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦਾ ਸਰਪ੍ਰਸਤ, ਜੋ ਕਿ ਕੱਲ੍ਹ ਰਾਤ ਤਕਰੀਬਨ 9 ਵਜੇ ਮੇਰੇ ਪਿੰਡ ਦਾ ਜੀਤ ਸਿੰਘ ਸਾਨਾ ਫਰੂਰ ਸਿੰਘ, ਜੋ ਕਿ ਮੌਜੂਦਾ ਮੈਂਬਰ ਪੰਚਾਇਤ ਵੀ ਹੈ ਪਿੰਡ ਦਾ, ਜੋ ਕਿ ਆਪਦੀ ਬਾਹਰ ਕਿਰਤ ਦਾ ਵਪਾਰ ਦਾ ਕੰਮ ਕਰਦਾ, ਇਹਦੀ ਗੱਡੀ ਉੱਥੇ ਰਸਤੇ ਖਰਾਬ ਹੋ ਗਈ। ਇਹ ਸੈਦੇ ਕਿ ਮੋਹਣ ਆਪਣੀ ਗੱਡੀ ਰੋਕ ਕੇ ਤੇ ਵਰਕਸ਼ਾਪ ਵਾਲੇ ਵੀਰਾਂ ਦਾ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਪਿੰਡ ਨੂੰ, ਜਦੋਂ ਆ ਖਾਈ ਵਾਲੀ ਪੁਲ ਉਤਰਿਆ ਤੇ ਇਹਨੂੰ 9 ਜਣਿਆਂ ਨੇ ਇਹਨਾਂ ਦੇ ਹਮਲਾ ਕੀਤਾ, ਤੇ ਇਹ ਤਾਂ ਹਥਿਆਰ ਸੀਗਾ, ਇਹਨੂੰ ਡੇਗ ਕੇ ਇਹਦਾ ਮੋਟਰਸਾਈਕਲ ਖੋਲਿਆ ਤੇ ਕੁੱਟਮਾਰ ਵੀ ਕੀਤੀ, ਤੇ ਬਾਅਦ ਵਿੱਚ ਇਹਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਮਗਰ ਉਹ ਬੰਦੇ ਫਿਰ ਲੱਗੇ ਤੇ ਇਹਨੇ ਜਾ ਕੇ ਢਾਬੇ ਵਿੱਚ ਉੱਥੇ ਲੁੱਕ ਕੇ ਆਪਣੀ ਜਾਨ ਬਚਾਈ ਆ। ਤਾਂ ਵਾਪਰੀ ਜੀ ਰਾਤ ਇੱਕ ਆਦਮੀ ਜਿਹਦਾ ਨਾਂ ਅਜੀਤ ਸਿੰਘ ਹੈ, ਉਹ ਮੇਰੇ ਪਿੰਡ ਦੇ ਇੱਕ ਵਰਕਸ਼ਾਪ ਤੇ ਰੁਕਿਆ, ਕਹਿੰਦਾ ਵੀ ਮੇਰੀ ਗੱਡੀ ਖਰਾਬ ਹੋ ਗਈ ਹੈ। ਉਹ ਛੋਟਾ ਹਾਥੀ ਸਾਡੇ ਪਿੰਡ ਹੈ ਗੈਰ ਜੈਰੀ, ਮੁੰਡਾ ਪ੍ਰਵੀਨ ਪਾਲ ਉੱਥੇ ਕੰਮ ਕਰਦਾ ਹੈ, ਉਹਦੇ ਕੋਲ ਰੁਕਿਆ, ਕਹਿੰਦੇ ਗੱਡੀ ਖਰਾਬ ਹੋ ਗਈ ਹੈ। ਉਹ ਕਹਿੰਦੇ ਵੀ ਤੂੰ ਰਾਤ ਇੱਥੇ ਰੁਕ ਜਾ ਸਾਡੇ ਕੋਲ, ਕਹਿੰਦਾ ਮੈਂ ਰੁਕ ਨਹੀਂ ਸਕਦਾ, ਮੈਂ ਜਾਣਾ ਹੈ। ਉਹ ਪ੍ਰਵੀਨ ਕੁਮਾਰ ਕੋਲ ਬਾਈਕ ਲੈ ਕੇ ਚਲਾ ਗਿਆ, ਜਦੋਂ ਬਾਈਕ ਲੈ ਕੇ ਚਲਾ ਗਿਆ ਤਕਰੀਬਨ ਅੱਧੇ ਘੰਟੇ ਬਾਅਦ ਉਹਦਾ ਕਾਲ ਆ ਗਈ। ਉਹ ਹੋਇਆ ਕੀ ਸੀ, ਉਹਦਾ ਲਾਸਟ ਡੇਲੀ ਡੈਲ ਕਾਲ ਸੀ ਉਹਦੀ, ਉਹ ਪ੍ਰਵੀਨ ਕੁਮਾਰ ਨੂੰ ਕੀਤੀ ਸੀ, ਉਹ ਆਪਣੇ ਆਪ ਹੀ ਕਾਲ ਹੋ ਗਈ। ਜਦੋਂ ਉਹ ਆਦਮੀ ਦੌੜ ਰਿਹਾ ਸੀ, ਬੋਲ ਰਿਹਾ ਸੀ ਮੈਂ ਲੁੱਟਿਆ ਗਿਆ ਮਾਰਿਆ ਗਿਆ, ਪ੍ਰਵੀਨ ਕੁਮਾਰ ਨੂੰ ਪਤਾ ਲੱਗ ਗਿਆ। ਪ੍ਰਵੀਨ ਕੁਮਾਰ ਨੇ ਡੁਲਚੀ ਕੇ ਫੋਨ ਕਰਤਾ ਵੀ ਉੱਥੋਂ ਮੇਰੇ ਕੋਲੋਂ ਬਾਈਕ ਲੈ ਕੇ ਗਿਆ ਫਲਾਣਾ ਆਦਮੀ ਤੇ ਤੁਸੀਂ ਅੱਗੋਂ ਆ ਜਾਓ। ਉਹ 5-6 ਆਦਮੀ ਆਏ, ਉਹਨਾਂ ਨੇ ਦੌੜ ਕੇ ਇੱਕ ਬੰਦੇ ਨੂੰ ਫੜ ਲਿਆ ਜਿਹਦਾ ਨਾਂ ਬਲਜਿੰਦਰ ਕੁਮਾਰ ਹੈ, ਔਰ ਉਹ ਬੰਦਾ ਮੰਨਿਆ ਵੀ ਅਸੀਂ ਇੱਕ ਸ਼ਰਾਬੀ ਦੇ ਕੋਲੋਂ ਮੋਟਰਸਾਈਕਲ ਖੋਇਆ, ਉਹ ਜਾ ਰਿਹਾ ਸੀ ਨਸ਼ੇ ਦੀ ਹਾਲਤ ਦੇ ਵਿੱਚ, ਉਹਨੂੰ ਲੱਤ ਮਾਰ ਕੇ ਡਿੱਗਿਆ ਗਿਆ, ਉਹ ਘਰੋਂ ਬੇਦਖਲ ਕੀਤਾ ਪਿਆ। ਹਾਂਜੀ, 6 ਉਹਦੇ ਤੇ ਅੱਗੇ ਪਹਿਲੇ ਪਰਚੇ ਨੇ, ਔਰ ਉਹਦੇ ਬਾਪ ਨੇ ਖੁਦ ਹੀ ਉਹਦੀ ਲੱਤ ਤੋੜੀ ਸੀ ਇਹ ਚੋਰੀ ਤੋਂ, ਮਤਲਬ ਕਿ ਉਹ ਪਰੇਸ਼ਾਨ ਸੀ, ਉਹਦਾ ਬਾਪ ਉਹਨੇ ਲੱਤ ਤੋੜੀ ਹੈ, ਲੱਤੇ ਰਾੜ ਪਾਈ ਵੀ ਹੈ, ਔਰ ਉਹ ਬੰਦਾ ਜਿਹੜਾ ਖੁਦ ਮੰਨ ਚੁੱਕਿਆ ਵੀ ਅਸੀਂ ਉੱਥੋਂ ਮੋਟਰਸਾਈਕਲ ਖੋਇਆ ਸੀ।